ਤੇ ਖਲਿਆ। ਮੌਲਵੀ ਪੁੱਛ ਲਵੇ ਤਾਂ ਤੇ ਨੇ ਹਾ 30 ਰਕਾਤ ਚ ਮੇਰੀਆਂ ਦੁਕਾਨਾਂ 4 ਹਨ ਤੇ ਮੈਂ ਹਾਲੀ 3 ਦਾ ਹਿਸਾਬ ਕੀਤਾ। ਦਰਦ ਨਾਲ ਮੰਗੇ ਤਾਂ ਅੱਲਾ ਭਟਕਣ ਨਾ ਦੇਵੇ। ਅੱਲਾ ਮੈਨੂੰ ਸਿੱਧਰਾ ਦੇਵੇ ਤੇ ਰਾਹ ਮੈਂ ਕੋਈ ਨਵਾਂ ਨਹੀਂ ਪਿਆ ਮੰਗਦਾ, ਕੋਈ ਨਵਾਂ ਰਾਹ ਨਹੀਂ ਬਲਕਿ ਤਾਂ ਪਹਿਲੇ ਦਿਨ ਕੋਲੋਂ ਹੀ ਉਹ ਰਾਹ ਚੱਲਦਾ ਆਉਂਦਾ। ਆਦਮ ਅਲੈ ਸਲਾਮ, ਨੂਹ ਅਲੈ ਸਲਾਮ, ਇਬਰਾਹੀਮ ਅਲੈ ਸਲਾਮ, ਸ਼ੀਸ ਅਲੈ ਸਲਾਮ, ਇਸਮਾਈਲ ਅਲੈ ਸਲਾਮ, ਇਸਹਾਕ ਅਲੈ ਸਲਾਮ, ਜ਼ਕਰੀਆ ਅਲੈ ਸਲਾਮ, ਅਯੂਬ ਅਲੈ ਸਲਾਮ, ਯੂਨੁਸ ਅਲੈ ਸਲਾਮ, ਮੂਸਾ ਅਲੈ ਸਲਾਮ, ਹਾਰੂਨ ਅਲੈ ਸਲਾਮ, ਸਿਰਾਤ ਅਲਦੀਨਾ ਅਨਅਮਤ ਅਲੈਹਿਮ, ਉਹਨਾਂ ਦਾ ਰਾਹ ਵਿਖਾਵੇ ਜਿਨ੍ਹਾਂ 'ਤੇ ਤੇਰੀਆਂ ਰਹਿਮਤਾਂ ਵਸਦੀਆਂ ਰਹਿ ਗਈਆਂ, ਜਿਨ੍ਹਾਂ 'ਤੇ ਤੇਰੇ ਇਨਾਮ ਵਸਦੇ ਰਹਿ ਗਏ, ਜਿਨ੍ਹਾਂ 'ਤੇ ਤੇਰੇ ਅੱਲਾ ਇਸਤਿਕਾਮਤ ਵਾਲੇ ਇਨਾਮ ਆਉਂਦੇ ਰਹਿ ਗਏ। ਅੱਲਾ ਮੈਨੂੰ ਉਹਨਾਂ ਦਾ ਰਾਹ ਵੀ ਗਏ ਜਿਨ੍ਹਾਂ 'ਤੇ ਇਨਾਮ ਹੋਣਾ ਨਹੀਂ, ਇਨਾਮ ਹੋ ਚੁੱਕਿਆ। ਮਲੂਮ ਹੁੰਦਾ ਜੀਂਦੇ ਮੌਲਵੀ ਵਾਲਾ ਤਾਂ ਰਾਹ ਹੀ ਨਹੀਂ, ਤਾਂ ਉਹ ਜਿਹੜੇ ਟੁਰ ਗਏ। ਸਿਰਾਤ ਅਲਦੀਨਾ ਅਨਅਮਤ ਅਲੈਹਿਮ, ਤੋਏ ਉਹਨਾਂ 'ਤੇ ਇਨਾਮ ਕਰ ਦਿੱਤਾ ਹੈ, ਉਹਨਾਂ ਇਨਾਮ ਕਬੂਲ ਕਰ ਲਿਆ, ਉਹ ਤੇਰੇ ਕੋਲ ਪਹੁੰਚ ਚੁੱਕੇ ਨੇ। ਅੱਲਾ ਮੈਨੂੰ ਉਹਨਾਂ ਦਾ ਰਾਹ ਚਾਹੀਦਾ ਹੈ, ਮੈਂ ਕਹਿ ਮੌਲਵੀ ਦਾ ਰਾਹ ਨਹੀਂ ਲਾਉਣਾ ਚਾਹੁੰਦਾ, ਮੈਂ ਕਹਿ ਫਿਰਕੇ ਦਾ ਰਾਹ ਨਹੀਂ ਲਾਉਣਾ ਚਾਹੁੰਦਾ, ਮੈਂ ਕਹਿ ਪਾਰਟੀ ਦਾ ਰਾਹ ਨਹੀਂ ਲਾਉਣਾ ਚਾਹੁੰਦਾ, ਨਾ ਮੈਂ ਸੁੰਨੀ ਦੇਰ ਵੇਖਾਂ, ਨਾ ਕਹਿ ਫਿਰਕੇ ਦੇਰ ਵੇਖਾਂ, ਮੈਨੂੰ ਰਾਹ ਚਾਹੀਦਾ ਹੈ। ਸਿਰਾਤ ਅਲਦੀਨਾ ਅਨਅਮਤ ਅਲੈਹਿਮ, ਜਿਨ੍ਹਾਂ 'ਤੇ ਤੇਰਾ ਇਨਾਮ ਹੋ ਚੁੱਕਿਆ, ਜਿਨ੍ਹਾਂ 'ਤੇ ਇਨਾਮ ਹੋ ਚੁੱਕਿਆ। ਹੁਣ ਅੱਲਾ ਕਿੱਥੇ ਹੋਇਆ ਹੈ, ਅੱਲਾ ਦੱਸਿਆ ਕੋਈ ਨਹੀਂ ਸੂਰਤ ਫਾਤਿਹਾ 'ਚ। ਕੁਰਾਨ ਦਾ ਇੱਕ ਮਕਾਮ ਹੈ ਦੱਸਿੰਦਾ ਜੋ ਇਨਾਮ ਹੋ ਚੁੱਕਿਆ ਹੈ, ਅੱਗੋਂ ਵਜ਼ਾਹਤ ਨਹੀਂ ਕਰਿੰਦਾ ਜੋ ਉਹ ਕਿੱਥੇ ਹੋਇਆ ਅਤੇ ਕਿੱਥੇ ਨਹੀਂ ਹੋਇਆ। ਅੱਲਾ ਦਾ ਕੁਰਾਨ ਜਦਨ ਕਈ ਗੱਲ ਕਰੇ, ਕੁਰਾਨ ਨੂੰ ਖੁਦ ਹੱਕ ਪਹੁੰਚਦਾ ਜੋ ਤਫਸੀਰ ਪਹਿਲੇ ਖੁਦ ਕਰੇ, ਅਤੇ ਜਦਨ ਕੁਰਾਨ ਤਫਸੀਰ ਕਰ ਦੇਵੇ ਮੁੜ ਕੇ ਮੁਫਸਰ ਦੇ ਵੰਜਣ ਦੀ ਲੋੜ ਨਹੀਂ, ਮੁੜ ਕੇ ਮੁਹੱਦਸ ਦੇ ਵੰਜਣ ਦੀ ਲੋੜ ਨਹੀਂ, ਮੁੜ ਕੇ ਮੁਫਸਰ ਦੇ ਵੰਜਣ ਦੀ ਲੋੜ ਕੋਈ ਨਹੀਂ। ਅੱਲਾ ਦਾ ਕੁਰਾਨ ਦੱਸਿੰਦਾ ਸੂਰਤ ਉਨਿਸਾ ਆਇਤ ਨੰਬਰ 69 ਚੱਲਾ ਫਰਮਾਂਦਾ, ਮਈਓ ਤੇ ਇਲਾਹ ਵਰ ਰਸੂਲਾ ਫਉਲਾਇਕ ਮਲਜ਼ੀਨਾ ਅਨਾਮ ਅੱਲਾਹੁ ਅਲੈਹਿਮ ਮਿਨਨ ਨਬੀਨਾ ਵਸਿੱਦੀਕੀਨਾ ਵਸ਼ੁਹਦਾਇ ਵਸਾਲੀਨ। ਮੈਂ 4 ਗਿਰੋਹਾਂ ਤੇ ਦਰਜੇ ਦੇ ਲਿਹਾਜ਼ ਨਾਲ 4 ਗਿਰੋਹ ਬਣਦੇ ਨੇ, ਹਿਨ ਚਾਰੇ ਦੇ ਚਾਰੇ ਬਸ਼ਰ ਤੇ ਇਨਸਾਨ। ਪਹਿਲਾ ਦਰਜਾ ਹੈ ਮਿਨਨ ਨਬੀਨਾ, ਉਹ ਨਬੀਆਂ ਦੀ ਜਮਾਤ ਹੈ। ਦੂਏ ਨੰਬਰ 'ਤੇ ਵਸਿੱਦੀਕੀਨਾ, ਉਹ ਨਬੀ ਜਦੋਂ ਦਾਵਾ ਦਿੰਦੇ ਹਨ ਅਤੇ ਪਹਿਲੇ ਪਹਿਲੇ ਜਿਹੜੇ ਤਸਦੀਕ ਕਰਦੇ ਹਨ ਉਹ ਸਿੱਦੀਕ ਹੁੰਦੇ ਹਨ। ਅੱਲਾ ਨਬੀਆਂ ਦਾ ਰਾਹ, ਸਿੱਦੀਕਾਂ ਦਾ ਰਾਹ, ਸ਼ੁਹਦਾ ਦਾ ਰਾਹ, ਸਾਲਹੀਨ ਦਾ ਰਾਹ, ਇਹ 4 ਗਿਰੋਹ ਦਰਜੇ ਦੇ ਲਿਹਾਜ਼ ਨਾਲ ਮੈਂ ਬਣਾਏ ਨੇ। ਇਹਨਾਂ ਦੇ ਵਿੱਚ ਪਹਿਲਾ ਦਰਜਾ ਨਬੀਆਂ ਦਾ, ਦੂਆ ਦਰਜਾ ਸਿੱਦੀਕਾਂ ਦਾ, ਤ੍ਰੀਆ ਦਰਜਾ ਸ਼ੁਹਦਾ ਦਾ ਅਤੇ ਚੌਥਾ ਦਰਜਾ ਸਾਲਹੀਨ ਦਾ। ਇਹ 4 ਗਰੁੱਪਾਂ ਤੋਂ ਇਲਾਵਾ ਨਾ ਕੋਈ ਕੁਤਬੇ, ਨਾ ਕੋਈ ਅਖਤਾਬੇ, ਨਾ ਕੋਈ ਕਲੰਦਰ, ਨਾ ਕੋਈ ਮਲੰਗ, ਨਾ ਕੋਈ ਲਿਫੰਗ। ਸ਼ਰੀਅਤ ਦੇ ਦਰਜਿਆਂ ਦੇ ਲਿਹਾਜ਼ ਨਾਲ 4 ਗਿਰੋਹ ਨੇ, ਪਹਿਲਾ ਨਬੀਆਂ ਦਾ, ਦੂਆ ਸਿੱਦੀਕਾਂ ਦਾ, ਤ੍ਰੀਆ ਸ਼ੁਹਦਾ ਦਾ ਅਤੇ ਚੌਥਾ ਵਸਾਲਹੀਨ। ਇੱਥੇ ਮੌਲਵੀ ਤਾਂ ਸਾਹਿਬ ਪੂਰੀ ਦੁਨੀਆ ਜਣੇ 28 ਕਲੰਦਰ ਹਨ, ਨਬੀ 1,24,000 ਹਨ ਅਤੇ ਕਲੰਦਰ ਕਿਤਨੇ ਹਨ? ਮਲੂਮ ਹੁੰਦਾ ਕਿ ਕਲੰਦਰ ਨੌਜ਼ ਬਿੱਲਾ ਨਬੀ ਨਾਲ ਵੀ ਵੱਡਾ ਦਰਜਾ ਹੈ। ਬਈ ਨਬੀ ਤਾਂ 1,24,000 ਕਮੋ ਬੇਸ਼ ਆਏ ਅਤੇ ਕਲੰਦਰ ਕਿਤਨੇ ਆਏ? ਲਾਹੌਰ ਇਹਦੇ ਕੁਰਾਨ 'ਚ ਲਿਖੇ ਹੋਏ ਕਿਤਨੇ ਗਿਰੋਹ ਹਨ ਬੋਲੋ, ਨਬੀ, ਸਿੱਦੀਕ, ਸ਼ਹੀਦ ਅਤੇ ਸਾਲਹੀ। ਅੱਲਾ ਮੈਨੂੰ ਰਾਹ ਵਿਖਾ ਨਬੀਆਂ ਦਾ,
ਮੈਨੂੰ ਰਾਹ ਵਿਖਾ, ਨਬੀਆਂ ਨੂੰ ਮੰਨਣ ਵਾਲਿਆਂ ਦਾ, ਤਸਦੀਕ ਕਰਨ ਵਾਲਿਆਂ ਦਾ, ਅਤੇ ਮੈਨੂੰ ਰਾਹ ਵਿਖਾ ਨਬੀਆਂ ਦੇ ਰਾਹ 'ਤੇ ਕੱਟ ਜਾਵਣ ਵਾਲੇ ਸ਼ਹੀਦਾਂ ਦਾ, ਅਤੇ ਮੈਨੂੰ ਰਾਹ ਵਿਖਾ ਜਿਨ੍ਹਾਂ ਦੀ ਤਮੰਨਾ ਤਾਂ ਰਹੀ ਜੋ ਕੱਟ ਜਾਵੀਏ, ਮਗਰ ਮੌਤ ਸ਼ਹਾਦਤ ਵਾਲੀ ਨਹੀਂ ਆਈ, ਸਾਲਿਹੀਨ ਦੀ ਆਈਏ। ਅੱਲਾ ਫਰਮਾਂਦਾ ਜੇ ਉਹ ਰਾਹ ਤੈਨੂੰ ਚਾਹੀਦਾ ਹੈ, ਜ਼ਾਲੀ ਕਲ ਕਿਤਾਬ ਬੁਲਾ ਰਹੀ ਬਫੀ ਹੁਦਲਿਲ ਮੁਤਕੀ, ਕਰ ਕੁਰਾਨ ਨੂੰ ਖੁਲੇਂਦਾ ਵਾਂ ਜਿਵੇਂ ਜਿਵੇਂ ਕੁਰਾਨ ਤੈਨੂੰ ਆਦਾ ਵਾਂਜੇ। ਅੱਲਾ ਦੀ ਕਸਮ ਹੈ, ਜਿਹੜਾ ਕੁਰਾਨ 'ਚ ਤੈਨੂੰ ਹਿਦਾਇਤ ਦਾ ਰਾਹ ਮਿਲ ਸੀ, ਉਹ ਨਬੀਆਂ ਦਾ ਵੀ ਹੋਏ, ਸ਼ਹੀਦਾਂ ਦਾ ਵੀ ਹੋਏ, ਸਾਲਹੀਨ ਦਾ ਵੀ ਹੋਏ, ਸਿੱਦੀਕੀਨ ਦਾ ਵੀ ਹੋਏ, ਅਤੇ ਰਸੂਲਾਂ ਦਾ ਵੀ ਹੋਏ। ਮਗਰ ਖਿਆਲ ਕਰੇ ਜਦੋਂ ਮੈਂ ਤੈਨੂੰ ਰਾਹ ਵਿਖਾ ਦੇਵਾਂ ਵਾਂ ਤਾਂ ਮਰਦਾ ਮਰ ਵਾਂਜੇ, ਮਗਰ ਛੋੜਨ ਦੀ ਇਜਾਜ਼ਤ ਕੋਈ ਨਹੀਂ। ਆਪ ਮੰਗਦਾ ਖਲਾ ਨਾ, ਅੱਲਾ ਦਾ ਵਿਖਾ ਦੇਨੇ ਆ, ਮਗਰ ਮੁੜ ਪੱਕਾ ਰਵੇ ਥੋੜ੍ਹਾ ਜਿਹਾ। ਸ਼ਹਾਦਤ, ਤਕਲੀਫ, ਮੁਸੀਬਤ, ਦੁੱਖ, ਪਰੇਸ਼ਾਨੀ, ਜੁਦਾਈਆਂ, ਫਿਰਾਕ, ਬਾਈਕਾਟ, ਜ਼ਿੰਦਗੀ ਦਾ ਹਿੱਸਾ ਰਸ ਨਹੀਂ, ਥੋੜ੍ਹੀ ਜਿਹਾ ਪਕੇ ਰਹੋ। ਅੱਲਾ ਮੈਨੂੰ ਰਾਹ ਵਿਖਾ ਨਬੀਆਂ ਦਾ ਰਾਹ, ਸੁਭਾਨ ਅੱਲਾ, ਨਬੀਆਂ ਦਾ ਰਾਹ, ਮੌਲਵੀਆਂ ਦਾ ਨਹੀਂ ਕਈ ਥਾਂ, ਕਿਉਂਕਿ ਨਬੀ ਤਾਂ ਗੱਲ ਹੀ ਤੋ ਹੈ, ਤਾਂ ਪੱਕੇ ਹਿਦਾਇਤ 'ਤੇ। ਮੌਲਵੀ ਦੇ ਦਰਮਿਆਨ ਤਾਂ ਸ਼ੱਕ ਹੋ ਸਕਦਾ ਨਹੀਂ ਪਏ, ਪਤਾ ਨਹੀਂ ਸਿੱਧੇ ਰਾਹ 'ਤੇ ਜਾਂ ਡਿੰਗੇ 'ਤੇ, ਨਬੀ ਦੇ ਬਾਰੇ ਤਾਂ ਨਹੀਂ ਹੋ ਸਕਦਾ। ਮੈਨੂੰ ਨਬੀਆਂ ਦਾ ਰਾਹ ਵਿਖਾ, ਅੱਲਾ ਫਰਮਾਉਂਦੇ ਨਾ ਨਬੀਆਂ ਦਾ ਰਾਹ ਪੁੱਛਣਾ ਹੀ, ਉਹ ਸਾਰਿਆਂ ਦੇ ਸਾਰੇ ਰਾਹ ਵਾਲਿਆਂ ਦਾ ਇੱਕੋ ਕੰਮ ਏ, ਇੰਨਾ ਹੋ ਮੀਆਂ ਦੂਨਾ ਨਾ, ਜ਼ਬਾਨ 'ਤੇ ਇੱਕ ਗੱਲ ਏ, ਦੁੱਖ ਹੋਵੇ ਅਤੇ ਭਾਵੇਂ ਤਕਲੀਫ ਹੋਵੇ, ਮੁਸੀਬਤ ਹੋਵੇ ਅਤੇ ਭਾਵੇਂ ਅਲਮ ਹੋਵੇ, ਜਿਹੋ ਜਿਹੀ ਪਰੇਸ਼ਾਨੀ ਹੋਵੇ, ਇਨਹੁਮ ਯਦੂਨਾ ਨਾ, ਮੇਰੇ ਇਲਾਵਾ ਕਹਿ ਹੋਰ ਨੂੰ ਸਦ ਨਹੀਂ ਮਰਿੰਦੇ। ਸਿੱਦੀਕੀਨ ਦਾ ਵੀ ਉਹ ਰਾਏ, ਯਦੂਨਾ ਰੱਬਹੁਮ ਬਿਲਵਦਾ ਅਤੇ ਵਲਸ਼ੀਏ, ਉਹ ਵੀ ਮੈਨੂੰ ਸਦ ਮਰਿੰਦੇ। ਸ਼ੋਹਦਾ ਦਾ ਵੀ ਉਹ ਰੱਬੇ, ਉਹ ਆਦਨ ਅੱਲਾਹੁਮਾ ਬੱਲਿਗਨਾ ਨਬੀਅਨਾ, ਉਹ ਵੀ ਮੈਨੂੰ ਸਦ ਮਰਿੰਦੇ ਨੇ। ਅਤੇ ਵਲੀਆਂ ਦਾ ਰਾਹ ਵੀ ਹੋਏ, ਉਹ ਵੀ ਆਦਨ ਅੱਲਾ, ਇਹ ਅੱਲਾ ਸਾਡੇ ਵਾਸਤੇ ਆਸਾਨੀਆਂ ਪੈਦਾ ਕਰ, ਹਈਏ ਲਨਾ ਮੈਨਾ ਅਮਰੇ ਨਾ ਰਾਸ਼ਾਦਾ, ਰੱਬਾ ਨਾ ਆਤੇ ਨਾ ਮਿਲਾ ਦੁਲ ਕਰਮਤੋ, ਹਈਏ ਲਨਾ ਮੈਨਾ ਅਮਰੇ ਨਾ ਰਾਸ਼ਾਦਾ। ਇੱਕ ਸਿਆਣ ਮੋਟੀ ਜਈਏ, ਨਬੀਆਂ ਦੀ, ਸਿਦੀਕਾਂ ਦੀ, ਸ਼ਹੀਦਾਂ ਅਤੇ ਵਲੀਆਂ ਦੇ ਰਾਹ ਦੀ, ਉਹਨਾਂ ਨੂੰ ਜਦਣ ਵੀ ਦੁੱਖ ਅਤੇ ਤਕਲੀਫ ਅਤੇ ਪਰੇਸ਼ਾਨੀ ਆਉਂਦੀ ਏ, ਸਿਰਫ ਇਕੱਲੇ ਅੱਲਾ ਨੂੰ ਸਦ ਮਰਿੰਦੇ ਨੇ। ਕਈ ਨੂੰ ਸਦ ਮਰਿੰਦੇ ਨੇ, ਬੋਲੋ, ਇਹੋ ਰਾਹ ਹੈ। ਦੁੱਖ, ਤਕਲੀਫ, ਪਰੇਸ਼ਾਨੀ ਆਉਣੀ ਤਾਂ ਹੈ, ਮਗਰ ਸਦ ਕਈ ਨੂੰ ਮਾਰਨਾ ਅੱਲਾ ਨੂੰ, ਇਹੋ ਰਾਹੀ। ਅਤੇ ਜਦਣ ਮੈਂ ਤੈਨੂੰ ਇਹ ਰਾਹ ਵਿਖਾ ਦੇਵਾਂ, ਬਹੁਤ ਮਜ਼ਬੂਤੀ ਨਾਲ ਪੱਕੋ, ਨੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਨੂੰ ਕੱਢ 'ਤੇ ਚਾ ਲਵੇ, ਮਗਰ ਮੇਰੇ ਰਾਹ ਨੂੰ ਛੋੜਨ ਦੀ ਗੁੰਜਾਇਸ਼ ਕੋਈ ਨਹੀਂ। ਇੱਕ ਵਾਰੀ 'ਤੇ ਰਾਤੀ ਉੱਠੀ ਕੇ ਫਿਰਕਾ 'ਤੇ ਜਮਾ 'ਤੇ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਅੱਲਾ ਦੇ ਦਰਬਾਰ ਦੁਆ ਕਰੇ, ਅੱਲਾ ਸਾਈਆਂ ਇਹ ਦਿਨ ਸਿਰਾਤ ਅਲ ਮੁਸਤਕੀਮ, ਅੱਲਾ ਮੈਨੂੰ ਸਿੱਧਾ ਰਾਹ ਵਿਖਾ। ਅੱਲਾ ਦੀ ਕਸਮ ਏ, ਦੁਆ ਜੇ ਖਲੂਸ ਨਾਲ ਤੋਂ ਮੰਗੀ ਚਾਹ ਤਾਂ ਅੱਲਾ ਇੱਕ ਦੇ ਤੋਂ ਪਹਿਲੇ ਤੈਨੂੰ ਸਿੱਧੇ ਰਾਹ 'ਤੇ ਚਾੜਦੇ ਸੀ। ਇਹ ਚਾਵਲ ਮੰਗਦਾ ਹੈ, ਖੰਡ ਮੰਗਦਾ ਹੈ, ਕਪਾਹ ਦਾ ਰੇਟ ਮੰਗਦਾ ਹੈ, ਠੀਕ ਉਹ ਵੀ ਮੰਗਣਾ ਜਾਇਜ਼, ਸਿੱਧਾ ਰਾਹ ਨਹੀਂ ਮੰਗਦਾ। ਮਿਨਲ ਲਦੀਨ ਫਰਕੂ ਦੀਨਹੁਮ ਵਕਾਨੂ ਸ਼ੀਆ, ਜਿੱਥੇ ਕੋਈ ਲੱਗਾ ਹੋਇਆ ਕੁੱਲ ਹਿਸਬਿਨ ਬਿਮਾ ਲਦਈਹਿਮ ਫਰੀਹ, ਬੜਾ ਖੁਸ਼ ਹੈ ਜੋ ਮੈਂ ਤਾਂ ਸਿੱਧੇ ਰਾਹ 'ਤੇ ਬਣਾ, ਮੇਰੇ ਕੋਲ ਕੋਈ ਨਹੀਂ ਮੰਗਦਾ। ਮੌਲਵੀਆਂ ਕੋਲ ਪੁੱਛ ਦੱਸ ਕੇ ਆ ਪੈਂਦੇ ਜੋ ਅਸਾਂ ਸਿੱਧੇ, ਮੇਰੇ ਕੋਲ ਮੰਗਿਆ ਤਾਂ ਮੈਂ ਤੈਨੂੰ ਉਸ ਰਾਹ 'ਤੇ ਚੜ੍ਹਾਂ ਜਿਸ ਰਾਹ 'ਤੇ ਮੇਰੇ 1,24,000 ਪੈਗੰਬਰ ਚੱਲਦੇ ਨੇ, ਸੁਭਾਨ ਅੱਲਾ। ਅੱਲਾ ਮੈਨੂੰ ਉਹ ਰਾਹ ਵਿਖਾ ਜਿਸ 'ਤੇ ਤੇਰੇ ਨਬੀ ਚੱਲਦੇ ਰਹਿ ਗਏ, ਅਤੇ ਨਬੀਆਂ ਦੀ ਸਭ ਨਾਲੋਂ ਵੱਡੀ ਪਹਿਚਾਣ ਏ ਜੋ ਸਦ ਕਈ ਨੂੰ ਮਰਿੰਦੇ ਨੇ। ਬੋਲੋ, ਸਦ ਅੱਲਾ ਨੂੰ ਤਾਂ ਮਰਿੰਦੇ ਨੇ ਕਿਉਂਕਿ ਉਹਨਾਂ ਦਾ ਈਮਾਨ ਆਉਂਦਾ, ਇਨ ਰੱਬੀ ਲਸਮੀ ਮੁਦੋਆ,
ਕਹਿੰਦਾ ਜਿਹੜਾ ਸੁਣਦਾ ਹੋਵੇ ਤੇ ਨਬੀਆਂ ਦਾ ਕੀਤਾ ਇੰਨਾ ਰੱਬੀ ਲਸਮੀ ਇੰਨਾ ਰੱਬੀ ਪੜਵਾਇਤ ਇੰਨਾ ਰੱਬੀ ਲਸਮੀ ਉਦੁਆ ਇੰਨਾ ਰੱਬੀ ਲਸਮੀ ਉਦੁਆ ਮੌਲਵੀ ਦੇ ਆਖੇ ਤਾਂ ਖੋਲ ਪੜ ਲੈਂਦੇ ਹੋ ਤਰਾਯਾਰੀ ਪੜੋ ਮੈਨੂੰ ਦਿਓ ਮੈਂ ਅੱਲਾ ਨੂੰ ਦੇਣਾ ਅੱਲਾ ਸਾਡੀ ਨਹੀਂ ਸੁਣਦਾ ਅਸਾਂ ਘਰ 'ਚ ਨਮਾਜ਼ ਪੜ੍ਹੀਏ ਤਾਂ ਪਹਿਲੂ ਮੌਲਵੀ ਨੂੰ ਆ ਕੇ ਦਿੰਦੇ ਉਹਨੇ ਤਾਂ ਅੱਲਾ ਦੇ ਦਰਬਾਰੇ ਪਹੁੰਚਦੀ ਹੈ ਬੋਲੋ ਘਰ ਤਿਲਾਵਤ ਕਰੀਏ ਤਾਂ ਪਹਿਲੋਂ ਮੌਲਵੀ ਦੇ ਮਿਲ ਕਰੇ ਨੇ ਤਾਂ ਅੱਲਾ ਕੋਲ ਵਹਿੰਦੀ ਤੂੰ ਜਿਵੇਂ ਪੜ੍ਹਦਾ ਵਾਂ ਹਾਲੇ ਤੂੰ ਪੜ੍ਹ ਨਹੀਂ ਮੁੱਕੇ ਆਉਂਦਾ ਅੱਲਾ ਦੇ ਦਰਬਾਰੇ ਪਹਿਲੇ ਪਹੁੰਚ ਵਹਿੰਦੀ ਪੈਗੰਬਰਾ ਦਾ ਖਲਾ ਇੰਨਾ ਰੱਬੀ ਲਸਮੀ ਇਬਰਾਹੀਮ ਅਲੈਹਿਸਲਾਮਾਂ ਦੇ ਖਲੇ ਨੇ ਇੰਨਾ ਦਾ ਮਨ ਬੇਸ਼ੱਕ ਯਾਨੀ ਸ਼ੱਕ ਕੋਲੋਂ ਪਾਕ ਗੱਲ ਏ ਰੱਬੀ ਮੇਰਾ ਰੱਬ ਜੈ ਮੇਰੇ ਉੱਤੇ ਇਹਸਾਨ ਕੀਤੇ ਹੋਣ ਲਸਮੀ ਉਹਦਾ ਮਨ ਹੈ ਇਹ ਮਜ਼ਬੂਤ ਅਤੇ ਤਾਕੀਦ ਵਾਲੀ ਗੱਲ ਏ ਜੋ ਸਮੀ ਹੁਣ ਮੇਰਾ ਰੱਬ ਹਰ ਦੁਆ ਨੂੰ ਹਰ ਵੇਲੇ ਸੁਣਦਾ ਰਹਿੰਦਾ ਹੈ ਹਰ ਦੁਆ ਨੂੰ ਕੋਈ ਉਹਦੇ ਕੋਲੋਂ ਮੰਗੇ ਤਾਂ ਵੀ ਸੁਣ ਲੈਂਦਾ ਕੋਈ ਕਹੇ ਹੋਰ ਕੋਲੋਂ ਮੰਗੇ ਤਾਂ ਵੀ ਸੁਣ ਲੈਂਦਾ ਹੈ ਇਸ ਵਾਸਤੇ ਸਾਡਾ ਈਮਾਨ ਏ ਅਸਾਂ ਜਦਣ ਵੀ ਸਦ ਮਾਰਨਾ ਹੈ ਅੱਲਾ ਨੂੰ ਸਦ ਮਾਰਨਾ ਹੈ ਮੈਨੂੰ ਜਦਣ ਵੀ ਲੋੜ ਪਈ ਹੈ ਮੈਂ ਕਿਹਾ ਰੱਬਾ ਨਾ ਇੰਨੀ ਅਸਕਲ ਤੋਂ ਮਿਲ ਜ਼ਰੂਰੀ ਅਤੀ ਵਿਵਾਦ ਗੈਰ ਜ਼ੀਦਾ ਰਹਿਣਾ ਇੰਦਾ ਬਈ ਤੇ ਕਲ ਮੁਹਰਮ ਰੱਬਾ ਨਾ ਲਿਉਕੀ ਮੁਸਲਾ ਤਫਜਲ ਅਫੀਦਾ ਤਮ ਮਿਨਨ ਨਾਸਿ ਤਹਵੀ ਲਈਏ ਵਰਦੁਕੁਮ ਮਿਨਸ ਸਮਰਾਤ ਲਅੱਲਹੁਮ ਯਸ਼ਕੁਰੂਨ ਇਬਰਾਹੀਮ ਅਲੈਹਿਸਲਾਮ ਦਾ ਕੀਤਾ ਹੈ ਜੋ ਦੁਆਵਾਂ ਦੇ ਕਾਬਿਲ ਜ਼ਾਤ ਕਹਿੰਦੀਏ ਬੋਲੋ ਥੋੜ੍ਹੀ ਜਿਹੀ ਨੇ ਦੋ ਮਿੰਟ ਮੁੜ ਮੈਂ ਤਕਰੀਰ ਸ਼ੁਰੂ ਕਰੇ ਨਾ ਇਨਸ਼ਾ ਦੁਆਵਾਂ ਸੁਣਨਾ ਲੱਗਾਂ ਇਹ ਸਾਰੇ ਨਬੀਆਂ ਦਾ ਮੁਸ਼ਤਰਕਾ ਕੀਤਾ ਇਸ ਵਾਸਤੇ ਜੇ ਕਿਸੇ ਦਾ ਈਮਾਨ ਬਣ ਗਿਆ ਜੋ ਕੋਈ ਹੋਰ ਹੀ ਸੁਣਦਾ ਹੈ ਤਾਂ ਉਹ 1,24,000 ਪੈਗੰਬਰਾਂ ਦੇ ਅਕੀਦੇ ਦਾ ਮੁਨਕਰ ਹੈ ਉਹ ਕਹੇ ਜਮਾਤ ਅਤੇ ਫਿਰਕੇ ਦਾ ਮੁਨਕਰ ਨਹੀਂ ਉਹ ਸਾਰੇ ਨਬੀਆਂ ਦੇ ਅਕੀਦੇ ਦਾ ਮੁਨਕਰ ਹਜ਼ਰਤ ਇਬਰਾਹੀਮ ਅਲੈਹਿਸਲਾਮ ਦਾ ਅਕੀਦਾ ਹੈ ਜੋ ਦੁਆਵਾਂ ਸਿਰਫ ਅੱਲਾ ਸੁਣਦਾ ਹੈ ਹੁਣ ਅੱਲਾ ਕੋਲ ਦੁਆ ਪਰ ਮੰਗਦੇ ਨੇ ਅੱਲਾ ਕਰੀਮ ਫਰਮਾਉਂਦੇ ਨੇ ਦੋਵੇਂ ਪਿਓ ਪੁੱਤਰ ਖਲੋਤੇ ਨੇ ਇਸਮਾਈਲ ਅਲੈਹਿਸਲਾਮ ਅਤੇ ਇਬਰਾਹੀਮ ਅਲੈਹਿਸਲਾਮ ਬੈਤੁੱਲਾ ਬਣਾ ਲਿਆ ਨੇ ਅਤੇ ਪਿੱਛਾ ਹਟ ਕੇ ਮੇਰੇ ਕੋਲੋਂ ਦੁਆ ਪਰ ਮੰਗਦੇ ਨੇ ਆ ਦਿਨ ਰੱਬਾ ਨਾ ਦੇਖ ਲੈ ਰੱਬਾ ਨਾ ਦਾ ਆਪਣੀ ਜ਼ਬਾਨ ਚ ਮਾਨ ਹੈ ਆਏ ਅੱਲਾ ਈਮਾਨ ਨਾਲ ਦੱਸ ਨਬੀਆਂ ਦਿਨ ਆਏ ਅੱਲਾ ਯਾਨੀ ਯਾ ਅੱਲਾ ਤੇ ਤੇਰੇ ਮੇਰੇ ਮੁਲਕ ਚ ਕਲਮਾ ਪੜ੍ਹਨ ਵਾਲਾ ਆਖੇ ਯਾ ਅਲੀ ਤੇਰੇ ਮੇਰੇ ਮੁਸਲਮਾਨ ਆਖਣ ਯਾ ਹੁਸੈਨ ਇਹ ਆਖਣ ਯਾ ਗਾਜ਼ੀ ਅਬਾਸ ਨਬੀ ਨਾਲ ਈਮਾਨ ਨਹੀਂ ਮਿਲਦਾ ਨਬੀਆਂ ਦਾ ਰੱਬਾ ਨਾ ਕਬੂਲ ਕਰਦਾ ਗਿਆ ਮੈਂ ਸਿਰਫ ਨਬੀ ਵੀ ਨਹੀਂ ਦਿੱਤਾ ਨਬੀਆਂ ਦਾ ਇਮਾਮ ਦਿੱਤਾ ਹੈ ਰਸੂਲ ਵੀ ਨਹੀਂ ਦਿੱਤਾ ਰਸੂਲਾਂ ਦਾ ਇਮਾਮ ਦਿੱਤਾ ਹੈ ਮੈਂ ਸੈਯਦ ਉਲ ਰਸੂਲ ਦਿੱਤਾ ਹੈ ਮੈਂ ਇਮਾਮ ਉਲ ਰਸੂਲ ਦਿੱਤਾ ਹੈ ਮੈਂ ਫਖਰ ਉਲ ਰਸੂਲ ਦਿੱਤਾ ਹੈ ਮੈਂ ਇਮਾਮ ਉਲ ਅੰਬੀਆ ਦਿੱਤਾ ਹੈ ਮੈਂ ਇਮਾਮ ਉਲ ਅਜ਼ਕੀਆ ਦਿੱਤਾ ਹੈ ਮੈਂ ਇਮਾਮ
سید المرسلین دیتا ہے، میں رحمت للعالمین دیتا ہے، میں محمد رسول اللہ دیتا ہے، میں کائنات امام دیتا ہے، میں رہبر انسانیت دیتا ہے، میں سید الرشد دیتا ہے، میں امام الرشد دیتا ہے، میں فخر الرسل دیتا ہے، میں سید ولد آدم دیتا ہے، محمد رسول اللہ تے ثابت کیتا ہے۔ جو لوگ آدھے اللہ سندا نہیں تے جدن بھی کوئی تانوں آکھے جو اللہ دعا نہیں سندا، میرے محمد رسول اللہ دا نمونہ پیش کرنا ہے۔ جو اے او پیغمبر ہے جڑا حضرت ابراہیم علیہ السلام نے منگیا تے اللہ کریم نے منگن دے نال عطا کر دیتا۔ نبی پاک آئے سبحان اللہ تبلیغ کیتی، مکے دے سخت لوگاں نے محمد رسول اللہ دا انکار کیتا ہے، کوئی پتھر کھلا مریندا ہے، کوئی تانے کھلا دیندا ہے، کوئی گالیاں کھلا کریندا ہے، کوئی الزام کھلا لیندا ہے۔ اللہ دے نبی پاک نو ضرورت پوری تو پیدا ہو گئی، جو اللہ ابو بکر صدیق بھی آ گیا ہے، مگر علاقے دا سردار کوئی نہیں جو لوگ دب کے میرے اتنے ظلم و ستم نہ کرن۔ علی حیدر کرا بھی آ گیا ہے میرے کو، مگر اے تے علی نوجوان جے لڑکا ہے، اے علاقے دا رئیس تے ذمہ دار تا کوئی نہیں جڑا میرے نال کھلوتو تے مخالف میرے تے گل بھی نہ کر سکے۔ اللہ لوگ کلمہ تے پڑھ دے کھلوتے مگر ڈر دے ودن، جو کی دائیں کوئی سردار ساڈو تے ظلم نہ کرے۔ میں بھی ابراہیم دی سنت ملت چلدا پیا، جو میرا ایمان ہے دعاواں نوں سنن والا تو اے، او وی تیرے کو منگدا پیا تے میں بھی تیرے کو منگدا پیا۔ اللہ اس محمد منگیا ہے میں عمر پیا منگنا، اس نبی منگیا ہے میں امتی پیا منگنا، اس ایہو جیا نبی منگیا ہے جڑا دین تے رسالت دی کھول کے تبلیغ کرے، تے میں ایہو جیا امتی پیا منگنا جڑا میرے نال کھلوتو ہے تے کہنو اکھ چاہ کے ویکھن دی جرات نہ ہوئے۔ اللہ میں تیرے کول امیر المومنین پیا منگنا، اللہم اعز الاسلام بے عمرین، اللہ دو عمر رہندل ایک عمر بن حشام تے دو عمر بن خطاب، ایک عمر بن حشام جڑا معروف ہے ابو جہل دے نال، او وی علاقے دا وڈا سردار ہے، جڑی گل او چکر کہنو پرتن دی اجازت کوئی نہیں ہوندی، تے ایک عمر بن خطاب ایڈا رئیس سردار تا کوئی نہیں، مگر او دی اکھ چ ایڈا جلال ہے جو کوئی بے ایمان ویکھن لگے تا اکھاں دے پردے جھک ویندے ہوندے نے، ایڈی طاقت والا ایڈے رو والا جو کوئی گل چکرے تا کہنو نہ کرن دی اجازت کوئی نہیں۔ اللہ مبلغ تا میں ڈھکنا، مقرر تا میں ڈھکنا، خطیب تا میں ڈھکنا، مگر میری کنڈ تے جے تائیں عمر بن خطاب نہ کھلوے او تائیں مکے دے مشرکین نال میرا مقابلہ نہیں ہو سکدا۔ ساڈا ایمان ہے تیرے علاوہ کہیں ہور کولو دعاواں بھی کوئی نہیں کرنیا، ساڈا ایمان ہے جو دیون والا تو ہے، جویں ابراہیم نو محمد دیتا ہی محمد نو عمر فاروق عطا کر دے۔ ابراہیم نے منگیا محمد الرسول اللہ، تے محمد الرسول اللہ نے منگیا عمر بن خطاب، تو محمد دی منگ دا بھی منکر نہ بن، تے ابراہیم دی منگ دا بھی منکر نہ بن، او بھی پیغمبر منگیا، اے بھی پیغمبر منگیا۔ تا اللہ دے نبی پاک نے فرمایا کو صلی اللہ علیہ وسلم، میرے تو بعد جے کوئی نبی ہوتا نا، لو کان بعدی نبی، میرے تو بعد جے کوئی نبی ہوتا تو او عمر ہو گیا، مگر میرے تو بعد نبی آونا کوئی نہیں، مگر جڑے دے کمالات ہیں نا میں ہی محسوس ہوندا ہے، کائی گل زمین تے کھلا کرے تو ہوندا ہے اللہ دی فوراً تصدیق کر دیندا ہے۔ ایہو جہیاں عادتاں تے خصوصی عادتاں پہلے بنی اسرائیل دے نبیاں دی ہوندیاں جڑی عمر ابن خطاب دیاں، تے اے مینوں اللہ دسیا جو تیرے تو بعد نبی کوئی نہیں ہونا، جے ہوندا تا کون ہوندا بولو، جس نو نبی پاک آکھن جو میرے تو بعد کوئی نبی ہوندا تا عمر ہوندا، تو نبی تو بعد انو خلیفہ منن واسطے تیار رہی؟ نبی آدھا ہے جو میرے تو بعد کوئی نبی ہوندا تا میں بھی مننا جو نبی، تے تو آنا نبی تو بعد خلیفہ دے بنن دے لائق ہی نہیں، جس دے کمالات تے خصوصیات تے صفات اس قابل ہون کہ نبی نو نظر آوے جو میرے بعد جے کہنو نبوت ملنی ہوندی تا عمر نو ملیا، کم از کم محمد مصلی دا امام تے ضرور ماننا۔
اللہ اکبر حضرت عمر ابن خطاب محمد رسول اللہ دا دست بازو ان بڑے جو اللہ دے نبی صلی اللہ تعالی علیہ وسلم باغ دی سیر واسطے ونجن تا ایک ہاتھ عمر دے موڈھے تے دو ابو بکر صدیق دے موڈھے تے کئی حوض کول گزرن لگن تا ایک ہاتھ جناب ابو بکر دے موڈھے تے دو فاروق اعظم دے موڈھے تے حضرت علی رضی اللہ تعالی نو خدا دے کھلوتن جو میں محمد رسول اللہ دی زبان چ سنیا ہے فلانی گل نو میں وی منے نا ابو بکر وی منے دا تے عمر وی منے دا فلانی گل نو میں وی تسلیم کرے نا ابو بکر وی تسلیم کرے دا تے عمر وی تسلیم کردا ہے میں خود اپنے کناں نال سنیا ہے محمد رسول اللہ تے بیٹھے ہیں جو فلانے باغ چ میں داخل ہویا ابو بکر داخل ہویا تے عمر داخل ہویا تے مینوں اللہ دی قسم ہے محمد رسول اللہ دی زبان وچوں میں سنیا ہے تے اے گل کرن والا فاتح خیبر علی حیدر قرار رضی اللہ تعالی نو وہ دیکھ لے نبی پاک فرمایا ہے جویں اج اساں کھلوتے ہیں قیامت والے دے وی اٹھی ہونا ہے سجات میرا ابو بکر دے کھبے موٹھے تے ہونا ہے تے کھبا میرا تے عمر دے سجے موٹھے تے ہونا ہے اینے قیامت والے دے کھڑا ہونا ہے جویں دنیا چ اساں کٹھے رہے وینے قیامت والے دیوی اسا بہشت دے داخل ہونا ہے میرے نال ابو بکر وی ہونا ہے تے میرے نال فاروق اعظم وی ہونا ہے بولو نبی نو منن والے آ نبی جنہ نو من گیا تینو وی مننا پمسی نہیں تا اللہ دے دربار تیرا ایمان قابل قبول نہیں ہو سکدا اللہ دے نبی پاک صلی اللہ تعالی علیہ وسلم بیٹھے دعا کریں دے جو اللہ مینو مر دے تا جو عمر فاروق رضی اللہ تعالی نو وڈی طویل القامت وڈے مضبوط ڈیل ڈول دا مالک حضرت عمر جڑے ویلے آندا پیا ہے صحابہ کرام نے فرمایا اللہ دے نبی جی عمر پہ آندا ہے اللہ دے نبی تا پہلے اللہ نال بیٹھے گلاں کریں دے آنا اللہ اے بھار میرے کولو چوائے نہیں تے میری کمر ہونے جے دو ہی ہوندی پئی ہے انہاں دی مخالفت دی وجہ تو اللہ کریم فرماتا انا سنلکی علیک قولا ثقیلا اے بھار تینو میں چوایا ہے تے وزانا انک وزرک اے بھارا چامن دی طاقت میں تینو دیونی ہے نبی پاک فرمایا عمر نو آون دیو دروازے محمد رسول اللہ دی مسجد کھول دیو کیونکہ اُدو اللہ کریم رحمت دے دروازے کھول دیتے ہیں جڑے ویلے آیا اللہ دے نبی نے کلمہ پڑھاونا شروع کر دیتا ہے نبی پاک کلمہ پڑھتے گئے عمر فاروق نال کلمہ پڑھتا گیا ہے اُتو اللہ دا قرآن گواہیاں دیندا ہے جڑی پچھلی 40 سال دی یا 45 سالاں دی تیری زندگی چ گناہ ہوندے رہ گئے تیرے کولو غلطیاں ہوندیاں رہ گئیں مینوں اللہ دی قسم ہے عمر جتھے جتھے تو غلطی کیتی ہے میں اس غلطی نو نیکی بنا کے تیرے رجسٹر درج کر دی فرماتا ہے مالک جدن غلطیاں معاف کرن تے آ ونے ریایا نو دخل دا اندازی کرن دی جرات کائی نہیں ہوندی میں مالک ہاں میں عمر نو معاف کر دیتا ہے ایک معاف ہی نہیں کیتا بلکہ محمد دا جیڑا ساتھی بھی آیا ہے جیڑیاں غلطیاں ان میں قلم پھریندا ہے تبدیل کریندا ہے جتھے جتھے گناہ لکھیا ہی میں نیکیاں لکھدا ہے جتھے جتھے کوئی غلطی لکھی ہوئی آئی میں نیکیاں لکھدا ہے اللہ سائیاں سانو تھوڑا جے اعتراض سنی ون چاہتا پیا ہے جو لوگ آتے ہیں ایک تے او لوگ جڑے جمے اسلام چ رہن تے ایک او لوگ جڑے پہلے کفر چ رہن تے پہ بعد علیہ اسلام چ رہن اللہ انہاں دے درجیاں دا کئی حساب رکھسے اللہ کریم فرماندا ہے کئی آئے پیچھے مگر زور میں ایڈے لوائے جو اج عمر دا نام محفل چ لے لوے تا تینوں پتہ لگوندا یہودی کون ہے تے مسلمان کون ہے جیندی طاقت نال اسلام نو طاقت ملے جیندی عزت نال اسلام نو عزت ملے جیندے ایمان نال اسلام نو وقار ملے جیندے اسلام نال ایمان نو وقار ملے اللہ کریم فرماتا ہوئی او جیہا بندہ ہے اگے اسلام دے وچ کوئی آویا تو نو شہرت تے عزت ملدی آئی فاروق آندا گیا ہے تو اسلام نو بھی وڈی عزت مل گئی ہے ہن کوئی گل کرن لگے غلامہ تے ظلم کرن لگے تے لوگ ڈر دے بیٹھے ہوندے کہ نہیں فاروق تلوار لے کے نہ ونجے محمد رسول اللہ دے اوپر کوئی تانا کرن لگے تے فاروق دی تلوار باہر نکل آ